Bismillahirrahmanirrahim. Assalamu alaikum viewers. Main aap sana host Asad Raja to sun takriban pe apna alka channel apna samal aap te jinna nazreen aaj asan apne ilake de andar maujood hain aur aaj asan ja hi rahe hain asan itthe koi ramzan package na koi ek inqaad kita sa te sade kuj pehna bhra jehde ke bare mulkan cha baad hai unna is package ne bare kafi taawun kita ya te aaj asan masalan gaddi ch samaan rakhi te jitne bhi masalan eh bandiyan na asan hisab laya wa ke unna ki dena te galban 1 gram 2 gram da 3 gram ते 3 ग्राम तू 4 ग्राम सा जासो ते नालो नाल तुसा की उस वेला उना ग्राम ने नौवी दसो ते बाकी जेड़ा कोई सौदा सिर्फ असा गड्डी च रखसा ओ भी दसा ते नाल जेड़ा लोकां की देसो ओ भी असा दसने नी कोशिश करसा ठीक है क्योंकि बाद लोग होने जेड़े के मसलन थोड़ा जा जेड़े के कैमरा मसलन लगने थू प्रेस करने ते असा कोशिश करसा के उना पर कैमरा ना ही लगे लेकिन फिर भी जेड़ा सामान आ ओ देना असा जरूर दसा ते बाकी जुलने हुन अगे ते अगे टीमां तैयार होनियां भी आईयां ਉਹ ਸੋਦਾ ਸਰਫ ਨੂੰ ਰਕਸਨ ਗੱਡੀ 'ਚ ਅਤੇ ਫਿਰ ਅਸਾਂ ਇੱਥੋਂ ਨਿਕਲ ਸਾਂ ਤਾਂ ਇਸ ਵਕਤ ਅਸਾਂ ਮੌਜੂਦ ਹਾਂ ਆਜ਼ਾਦ ਕਸ਼ਮੀਰ ਨੇ ਜ਼ਿਲ੍ਹਾ ਕੋਹਲੀ ਨੇ ਮਸ਼ਹੂਰ ਗ੍ਰਾਂ ਲੁੱਤੀ ਨੇ ਅੰਦਰ ਤਾਂ ਬਾਕੀ ਹੁਣ ਅਸਾਂ ਤੁਸਾਂ ਕੀ ਥੋੜ੍ਹਾ ਜਿਹਾ ਗਰਾਊਂਡਾਂ ਨੂੰ ਵਿਊ ਕਰਾਈ ਛੁੜਨੇ ਹਾਂ ਠੀਕ ਹੈ ਮਾਸ਼ਾਅੱਲਾ ਬੜਾ ਖੂਬਸੂਰਤ ਗ੍ਰਾਂ ਆ ਠੀਕ ਹੈ ਅਤੇ ਧੁੱਪ ਵੀ ਕਾਫੀ ਸੋਹਣੀ ਚੜ੍ਹੀ ਵੀ ਹੈ ਬਾਹਰ ਤੋਂ ਕੀ ਕਜਲਾਣੀ ਬੈਟਲਾ ਵੀ ਥੋੜ੍ਹਾ ਥੋੜ੍ਹਾ ਨਜ਼ਰ ਅਸ਼ਨਾ ਪਿਆ ਉਸੀ ਠੀਕ ਹੈ ਇਸ ਜਾਨਬ ਤੁਸਾਂ ਕੀ ਕੋਈ ਕੋਠੀ ਵੀ ਬਣੀ ਵੀ ਨਜ਼ਰ ਅਸ਼ਨੀ ਪਈ ਉਸੀ ਠੀਕ ਹੈ ਤਾਂ ਬਾਕੀ ਹੁਣ ਜੁਲੇ ਹੋ ਗਿਆ ਤਾਂ ਤੱਕਣੇ ਆ ਕਿ ਜਣੇ ਆ ਕਿਆ ਕੋਈ ਪ੍ਰੋਸੈਸ ਇਸ ਵੇਲੇ ਜੀ ਤਿਆਰ ਕੀਤਾ ਆ ਠੀਕ ਹੈ ਹੁਣ ਅਸਾਂ ਉਸ ਸ਼ਾਪ ਨੇ ਬਿਲਕੁਲ ਕਰੀਬ ਪਹੁੰਚ ਗਿਆ ਆ ਠੀਕ ਹੈ ਤਾਂ ਬਾਕੀ ਹੁਣ ਤੁਸਾਂ ਨਿਜ਼ਾਮ ਸਾਰਾ ਤੱਕਣੇ ਪਏ ਉਸ ਇਹ ਸਾਹਮਣੇ ਨਾਜ਼ਰੀਨ ਤੋਂ ਤੱਕੀ ਸਕਣੇ ਹੋ ਪੈਕੇਜ ਟੀਆ ਵਾ ਇਹ ਹੁਣ ਗੱਡੀ ਅਸੀਂ ਤਾਂ ਉਸਨੇ ਵਿੱਚ ਰੱਖ ਸਾਂ ਤਾਂ ਫਿਰ ਜੁੱਸਾਂ ਅੱਗੇ ਤਾਂ ਵੰਡ ਸਾਂ ਠੀਕ ਹੈ ਇਹ ਸਾਹਮਣੇ ਸੋ ਸੋਦਾ ਸੈਲਫ ਤੱਕੀ ਸਕਣੇ ਹੋ ਠੀਕ ਹੈ ਅਸਲਾਮ ਵਾਲੇਕਮ ਜਨਾਬ ਸਲਾਮ ਜੀ ਕੀ ਹਾਲ ਆ ਜੀ ਅਫਰੀਦੀ ਸਾਹਿਬ ਠੀਕ ਹੋ ਗੱਡੀ ਕੁਥਾਈ ਹੈ ਗੱਡੀ ਕੀ ਐਡਵਾਂਸ ਪੁੱਛ ਨਹੀਂ ਹੋਣੀ ਚਾਹੀਦੀ ਸੀ ਅੱਛਾ ਚਲੋ ਠੀਕ ਹੈ ਤਾਂ ਬਾਕੀ ਖਾਲੀ ਆਟਾ ਰਹੀ ਆ ਤਾਂ ਬਾਕੀ ਸੋਦਾ ਸਰਫ ਤੁਸਾਂ ਤੱਕ ਹੀ ਸਕਣੇ ਹੋ ਇਹ ਬਾਹਰ ਰੱਖਿਆ ਉਹਨੇ ਤੇ ਸੋਦਾ ਵੀ ਚਾਹੀਦਾ ਫਿਰ ਗੱਡੀ ਰੱਖਸਾਂ ਤਾਂ ਉਹ ਵੀ ਸੁਣ ਕੇ ਦੱਸੋ ਤਾਂ ਬਾਕੀ ਤੁਸਾਂ ਸਮਾਨ ਨਾਲ ਕੁਝ ਨਜ਼ਾਰਾ ਕਰੀ ਸਕਣੇ ਹੋ ਤਾਂ ਇਧਰ ਨੂੰ ਥੋੜ੍ਹਾ ਜਿਹਾ ਦੇ ਸਹੀ ਨਹੀਂ ਪੈਣਾ ਤਾਂ ਇਧਰੋਂ ਅਸਾਂ ਦੱਸਣੇ ਦੀ ਕੋਸ਼ਿਸ਼ ਕਰਨੇ ਹਾਂ ਠੀਕ ਹੈ ਮਾਸ਼ਾ ਅੱਲਾਹ ਤਾਲਾ ਉਹਨਾਂ ਲੋਕਾਂ ਕੀ ਅਜਰ ਦਾ ਜਿਨ੍ਹਾਂ ਇਹ ਗਰੀਬਾਂ ਦੀ ਰੋਜ਼ੀ ਨਾਲ ਬੰਦੋਬਸਤ ਕੀਤਾ ਤਾਂ ਫਰੀਦੀ ਸਾਹਿਬ ਸਿਰਫ ਆਟਾ ਹੀ ਰਹੀ ਆ ਹੋਰ ਤਾਂ ਨਹੀਂ ਕੋਈ ਚੀਜ਼ ਬਸ ਇਹ ਆਈਟਮ ਆ ਜਿਹੜਾ ਕਿ ਅੰਦਰ ਆ ਬਾਕੀ ਸਾਰਾ ਬਾਹਰ ਆ ਜ਼ਬਰਦਸਤ ਇਹ ਸਾਹਮਣੇ ਤੁਸਾਂ ਇੱਕ ਮੋਟੇ ਜਿਹੇ ਭਾਈ ਹੋਰ ਵੀ ਤੱਕਣੇ ਹੋ ਸੋ ਇਹ ਬੜੀ ਮਸ਼ਹੂਰ ਮਾਰੂਫ ਹਸਤੀ ਹੈ ਬਾਅਦ ਵਿੱਚ ਤੁਸਾਂ ਕੀ ਤਾਰੁਫ ਕਰਾ ਸਕਦਾ ਜਿਹੜੇ ਇਹਨਾਂ ਕੀ ਜਾਣੇ ਲਏ ਉਹ ਤਾਂ ਸਮਝ ਗਏ ਉਸ
ਸ਼ਾਲ ਅਜੇ ਇਸ ਵਕਤ ਅਸਾਂ ਸਮਾਲੇ ਦੇ ਮਕਾਮ ਪਰ ਮੌਜੂਦ ਹਾਂ ਔਰ ਹੁਣ ਇੱਥੇ ਅਸਾਂ ਰਮਜ਼ਾਨ ਪੈਕੇਜ ਨਾਲ ਜਿਹੜਾ ਸੌਦਾ ਉਹ ਲੁਕਾਉਣ ਦੇ ਸਾਂ ਸਾਹਮਣੇ ਸੋ ਤੱਕਣੇ ਸੋ ਕੇ ਗੱਡੀ ਵਗੈਰਾ ਖਲੀ ਗਈ ਹੈ ਤਾਂ ਇਸ ਵਕਤ ਅਸਾਂ ਸਮਾਲੇ ਦੇ ਆਖਰੀ ਕੋਨੇ ਪਰ ਇੱਧਰੋਂ ਅਸਾਂ ਸ਼ੁਰੂ ਕਰ ਸਾਂ ਅਤੇ ਦੇਣੇ ਦੇਣੇ ਫਿਰ ਵਾਪਸ ਬਾਹਰ ਨਿਕਲੀ ਜਾ ਸਾਂ ਸਾਹਮਣੇ ਸੋ ਤੱਕਣੇ ਪਏ ਸੋ ਠੀਕ ਹੈ ਬਾਕੀ ਇਲਾਕੇ ਨੇ ਮੰਜ਼ਰ ਵਿੱਚ ਸੋਨੇ ਸਾਹਮਣੇ ਇਹ ਗੱਡੀ ਖਲਤੀ ਹੈ ਇਹ ਗੱਡੀ ਨੇ ਅੰਦਰ ਸੌਦਾ ਵਗੈਰਾ ਪਿਆ ਵਾ ਇਹ ਤੱਕ ਹੀ ਸਕਣੀ ਉਹ ਇਹ ਜਾਣੇ ਵੀ ਇਸ ਜਾਣੇ ਵੀ ਬਾਕੀ ਜੁਲੇ ਹਾਂ ਹੁਣ ਅੱਗੇ ਤਾਂ ਤੁਸਾਂ ਕੀ ਅਗਲਾ ਮੰਜ਼ਰ ਦੱਸਣ ਦੀ ਕੋਸ਼ਿਸ਼ ਕਰਨੀ